ਲੱਗਦਾ, ਮੈਂ ਤੇ ਹੈਰਾਨ ਹੁੰਦਾ ਕਿ ਸਾਡੇ ਬੱਚਿਆਂ ਨੂੰ ਇਹ ਤੇ ਪਤਾ ਹੈ ਕਿ ਸੱਸੀ ਜਿਹੜੀ ਹੈ ਤਪਦੇ ਹੋਏ ਰੇਗਿਸਤਾਨ ਵਿੱਚ ਸੜਕੇ ਮਰ ਗਈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਵੀ ਗਰਮ ਰੇਤਾ ਪਾਈ ਗਈ ਸੀ। ਉਹਦੀਆਂ ਕਹਾਣੀਆਂ ਤੇ ਸੁਣਾ ਦਿੱਤੀਆਂ ਗਈਆਂ, ਪਰ ਇੱਧਰ ਗੀਤ ਨਾ ਲਿਖਿਆ ਗਿਆ। ਉਹਦੀਆਂ ਚੀਕਾਂ ਤੇ ਇਹਨਾਂ ਨੂੰ ਸੁਣ ਗਈਆਂ, ਕਲਮ ਬੰਦ ਵੀ ਕਰ ਦਿੱਤੀਆਂ ਗਈਆਂ, ਪਰ ਛੋਟਾ ਘੱਲੂ ਘਾਰਾ ਪੜ ਕੇ ਵੇਖੋ ਜਿਹੜਾ ਗਰਮੀਆਂ ਦੇ ਦਿਨਾਂ ਦੇ ਵਿੱਚ ਹੋਇਆ ਸੀ, ਤੇ ਸਿੱਖਾਂ ਦੇ ਪੈਰਾਂ ਵਿੱਚ ਛਾਲੇ ਪੈ ਗਏ, ਕਈ ਬਜ਼ੁਰਗ, ਕਈ ਮਾਈਆਂ, ਕਈ ਵੱਡੇ ਉਹਨਾਂ ਛਾਲਿਆਂ ਕਾਰਨ ਭੱਜ ਨਾ ਸਕੇ, ਦੁਸ਼ਮਣਾਂ ਨੇ ਗੋਲੀਆਂ ਮਾਰ ਮਾਰ ਕੇ ਪਿੱਠਾਂ 'ਚ ਮਾਰ ਦਿੱਤੇ। ਸੋਚੋ ਜ਼ਰਾ, ਆਪਣੇ ਦਿਮਾਗ ਨੂੰ ਖੋਲੋ। ਇਹ ਤੇ ਪਤਾ ਹੈ ਕਿ ਮਹੀਵਾਲ ਨੇ ਆਪਣੇ ਪੱਟ ਦਾ ਮਾਸ ਕੱਢ ਕੇ ਸੋਹਣੀ ਨੂੰ ਖਵਾ ਦਿੱਤਾ। ਗੀਤ ਵੀ ਲਿਖੇ ਗਏ, ਕਿੰਨੇ ਕੁ ਗੀਤ ਲਿਖੇ ਗਏ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਬੱਚੇ ਦਾ ਜਿੰਦਾ ਦਾ ਕਲੇਜਾ ਕੱਢ ਕੇ ਮੂੰਹ 'ਚ ਪਵਾਇਆ ਸੀ। ਕਿੰਨੇ ਕੁ ਗੀਤ ਲਿਖੇ ਗਏ ਨੇ, ਜਮੂਰਾਂ ਨਾਲ ਮਾਸ ਨੋਚਿਆ ਗਿਆ, ਉਹਦਾ ਦਰਦ ਸਾਨੂੰ ਬੜਾ ਆਇਆ, ਇਹ ਧਰਨੀ ਆਇਆ। ਗਾਣੇ ਇੱਥੋਂ ਤੱਕ ਗਾ ਦਿੱਤੇ ਗਏ ਕਿ ਜੀ ਕੱਚੇ ਘੜੇ ਤੇ ਤੈਰਦੀ ਸੀ ਡੁੱਬ ਗਈ, ਉਹ ਤੈਨੂੰ ਸਰਸਾ ਨਦੀ ਨਾ ਯਾਦ ਆਈ, ਉਹ ਤੈਨੂੰ ਰਾਵੀ ਦਰਿਆ ਨਾ ਯਾਦ ਆਇਆ ਜਿਹਦੇ ਵਿੱਚ ਤੇਰੇ ਗੁਰੂ ਦੀ ਲਾਸ਼ ਨੂੰ ਰੋੜ ਦਿੱਤਾ ਗਿਆ, ਤੂੰ ਉਹਦੇ ਤੇ ਆਪਣੀ ਕਲਮ ਚਲਾਉਂਦਾ, ਸਾਹਤ ਦਾ ਮਿਆਰ ਉੱਚਾ ਕਰਦਾ, ਤੈਨੂੰ ਇੱਕ ਵੱਧ ਚੱਲਣ ਔਰਤ ਯਾਦ ਆਈ ਜਿਹੜੇ ਆਪਣੇ ਮਾਂ ਬਾਪ ਨੂੰ ਬਿਨਾਂ ਦੱਸਿਆ ਕਿਸੇ ਨੂੰ ਮਿਲ ਜਾਂਦੀ ਸੀ। ਇਹਨੇ ਸਾਡਾ ਆਚਰਣ ਨੀਵਾਂ ਡੇਗ ਦਿੱਤਾ, ਅਸੀਂ ਪੰਜਾਬੀ ਸੱਭਿਆਚਾਰ ਨੂੰ ਤੇ ਵਧਾ ਦਿੱਤਾ, ਸਿੱਖ ਸੱਭਿਆਚਾਰ ਦੀ ਗੱਲ ਨਹੀਂ ਕੀਤੀ। ਇਸੇ ਕਰਕੇ ਮਿਆਰ ਸਾਡਾ ਬੜਾ ਨੀਵਾਂ ਚਲਾ ਗਿਆ, ਇੰਨਾ ਨੀਵਾਂ ਚਲਾ ਗਿਆ ਕਿ ਜਿੰਨਾ ਕੇਸਾਂ ਬਾਰੇ ਸਿੱਖ ਕਿਸੇ ਦੀ ਗੱਲ ਨਹੀਂ ਸੀ ਬਰਦਾਸ਼ਤ ਕਰਦੇ। ਘਟਨਾ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ, ਚੌਧਰੀ ਹਰਭਗਤ ਨਿਰੰਜਣੀਆ ਇਹ ਕਹਿੰਦਾ ਸੀ ਕਿ ਸਿੱਖਾਂ ਦੇ ਸਿਰਾਂ ਕੇਸ ਵੱਢ ਕੇ ਦੇ ਜਾਓ, ਰੱਸੀਆਂ ਬਣਾ ਕੇ ਘੋੜੀਆਂ ਬੰਨ ਲਵਾਂਗਾ, ਸਿੱਖਾਂ ਨੇ ਮਾਰ ਕੱਤਿਆ। ਪਰ ਅੱਜ ਇਹਨਾਂ ਕੇਸਾਂ ਬਾਰੇ ਕੀ ਕਿਹਾ ਜਾ ਰਿਹਾ, ਪੰਜਾਬੀ ਸੱਭਿਆਚਾਰ ਵਾਲੇ ਕੀ ਕਹਿ ਰਹੇ ਨੇ, ਨਾਗ ਸਾਂਭ ਲੈ ਜ਼ੁਲਫਾਂ ਦੇ, ਕਿਸੇ ਦੀ ਜ਼ਮੀਰ ਨਹੀਂ ਜਾਗੀ। ਉਹ ਗੜ ਚ ਵੱਡਾ ਸਾਰਾ ਖੰਡਾ ਪਾਈ, ਗੁਰਦੁਆਰਿਆਂ ਦੀਆਂ ਸਟੇਜਾਂ ਤੇ ਵੀ ਗਾਈ ਜਾਂਦਾ, ਹੋਰ ਵੀ ਸਾਰੇ ਕੰਮ ਕਰੀ ਜਾਂਦਾ। ਤਾਂ ਇਹ ਫਰਕ ਕਰਕੇ ਸਾਨੂੰ ਚੱਲਣਾ ਪਵੇਗਾ, ਸਾਨੂੰ ਸਾਡੇ ਸੱਭਿਆਚਾਰ ਨੂੰ ਸਿੱਖ ਸੱਭਿਆਚਾਰ ਦਾ ਨਾਮ ਦੇਣਾ ਪਵੇਗਾ, ਤੇ ਉਹਦੇ ਵਿੱਚ ਜੋ ਵੀ ਪੇਸ਼ ਕੀਤਾ ਜਾਵੇਗਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਖ ਦੀ ਕਸਵੱਟੀ ਤੇ ਹੋਵੇਗਾ, ਤੇ ਸਾਡੀ ਜ਼ਿੰਦਗੀ ਦੇ ਮਿਆਰ ਨੂੰ ਉੱਚਾ ਚੁੱਕੇਗਾ, ਨਾ ਕਿ ਨੀਵਾਂ। ਜਿਵੇਂ ਹੁਣੇ ਅਸਾਂ ਨੇ ਗੱਲ ਕੀਤੀ ਹੋਰਾਂ ਲਈ ਦਿੰਦੇ ਜਾਂਦਾ ਵਾਰ, ਉਹ ਸਿੰਘ ਸਰਦਾਰ ਹੁੰਦੇ ਨੇ। ਸੋ ਆਓ ਇਵੇਂ ਅੱਗੇ ਤੁਲਨਾ ਤੁਹਾਡੇ ਨਾਲ ਮੈਂ ਕਰਦਾ ਜਾਵਾਂਗਾ, ਕੁਝ ਗੀਤ ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ, ਜਿਨ੍ਹਾਂ ਦੇ ਵਿੱਚ ਅਸਾਂ ਨੇ ਕੁਝ ਐਸੇ ਪਹਿਲੂ ਉਭਾਰੇ ਨੇ ਜਿਨ੍ਹਾਂ ਪਹਿਲੂਆਂ ਦੀ ਗੱਲ ਇਹ ਪੰਜਾਬੀ ਸੱਭਿਆਚਾਰ ਵਾਲੇ ਨਹੀਂ ਕਰਦੇ, ਅਸੀਂ ਸ਼ੁਰੂਆਤ ਕਰ ਰਹੇ ਹਾਂ। ਮੇਰੇ ਵੀਰ ਤੁਹਾਡੇ ਸਾਹਮਣੇ ਉਹ ਲੈ ਕੇ ਆ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।